ਉਹ ਬਾਈ ਆਪ ਤਾਂ ਦੂਜਾ ਮੈਂ ਚਾਹ ਵਰਗਾ ਹੈਗਾ, ਇੱਧਰ ਮੇਰੀ ਭਰਜਾਈ ਦੇਖ ਪਈ ਹੈ ਨਾ ਮਲਾਈ ਵਰਗੀ ਚਮਕਦੀ ਹੈ ਨਾ, ਉਹ ਤਾਈ 2 ਮਹੀਨੇ ਹੀ ਵਾਲੇ ਘੱਟ ਨਹੀਂ ਹੁੰਦੇ ਹੈਗੇ, ਹੈਗੇ ਤਾਂ ਦਿਓਰੀ ਹੈਗਾ, ਸ਼ਗਨ ਤਾਂ ਮੈਂ ਪੂਰੇ ਕਰੂੰਗਾ ਹੀ, ਬਸ ਗੱਲ ਖਤਮ ਹੈ। ਤੁਹਾਡੇ ਨਾ ਪੈਰਾਂ 'ਚ ਇੰਨੀ ਸਮੈਲ ਆਉਂਦੀ ਹੈ, ਜੇ ਪੈਣਾ ਨਾ ਤਾਂ ਨਾ ਕਿਉਂ ਚੁੱਪ ਕਰਕੇ। ਅੱਛਾ ਤੁਹਾਨੂੰ ਮੈਂ ਸੋਹਣੀ ਲੱਗਦੀ ਹਾਂ, ਤੁਸੀਂ ਤਾਂ ਚੰਡੀਗੜ੍ਹ ਰਹਿੰਦੇ ਹੋ, ਤੁਹਾਡੀ ਤਾਂ ਬਹੁਤ ਸਹੇਲੀਆਂ ਹੋਣੀਆਂ। ਉਹ ਨਾ ਜੀ ਨਾ, ਕੁੜੀਆਂ ਤਾਂ ਉੱਥੇ ਬਹੁਤ ਨੇਗੀਆਂ, ਪਰ ਮੈਨੂੰ ਨਹੀਂ ਕੋਈ ਜੱਚੀ ਹੈਗੀ, ਸਿਰਫ ਤੁਹਾਡੇ ਤੋਂ ਬਣਾ। ਪੁੱਤ ਦਰਦੀ ਵਾਲਾ ਹੋ ਹੀ ਜਾਂਦਾ, ਐਵੇਂ ਲੱਗਦਾ ਜੀ ਮੈਂ ਧਰਤੀ ਘੁੰਮੀ ਜਾਂਦੀ ਹੈ, ਚੱਕਰ ਵੀ ਚੜੇ ਪਏ ਨੇ, ਪਤਾ ਨਹੀਂ ਕੀ ਹੋ ਗਿਆ। ਆ ਕਿਹੜੇ ਡਾਕਟਰ ਨੇ, ਤੁਸੀਂ ਮੰਮੀ ਨੂੰ ਨਾ ਸ਼ਹਿਰ ਤੋਂ ਦਵਾਈ ਦਵਾਓ, ਜੇ ਰਾਤ ਮੰਮੀ ਦੀ ਹਾਲਤ ਖਰਾਬ ਹੋ ਗਈ ਆਪਾਂ ਕਿੱਥੇ ਭੱਜਦੇ ਫਿਰਾਂਗੇ। ਜਲਦੀ ਆ ਜਾਓ, 10 ਮਿੰਟ ਹੋ ਗਏ ਉਹਨਾਂ ਨੂੰ ਗਏ ਨੂੰ। ਉਹ ਬਸ ਮੈਂ ਤਾਂ ਆ ਗਿਆ, ਤੂੰ ਐਂ ਕਰ ਫੋਨ ਕੱਟ ਤੇ ਗੇਟ ਖੋਲ। ਕੌਣ ਆ ਗਿਆ ਹੁਣ? ਅਲਾਰਮ ਦਾ ਮੈਨੂੰ ਤੁਹਾਡੇ ਮੋਟਰਸਾਈਕਲ ਦੀ ਲੱਗਦਾ ਹੈ। ਲੱਗਦਾ ਮਾਂ ਪੁੱਤ ਆ ਗਏ ਨੇ। ਇਹ ਐਡੀ ਛੇਤੀ ਕਿਵੇਂ ਆ ਗਏ? ਤੁਸੀਂ ਐਂ ਕਰੋ, ਤੁਸੀਂ ਇੱਥੇ ਜਾ ਕੇ ਲੁਕ ਜਾਓ, ਮੈਂ ਦੇਖਦੀ 15 ਮਿੰਟ 'ਚ ਕਿਵੇਂ ਆ ਗਏ। ਜੀ ਤੁਸੀਂ? ਓਏ ਹਾਂ ਯਾਰ, ਮੈਂ ਆਹ ਨਾ ਮੋਟਰਸਾਈਕਲ ਘਰੇ ਲਾਉਣ ਆਇਆ ਸੀਗਾ, ਮੰਮੀ ਅੱਡੇ ਤੇ ਬੈਠੇ ਨੇ। ਅੱਛਾ ਦਵਾਈ ਫਿਰ? ਉਹਨਾਂ ਨੂੰ ਚੱਕਰ ਵਾਲੇ ਆਉਂਦੇ ਨੇ, ਇਤੋਂ ਤਾਂ ਡਿੱਗ ਪੈਣਗੇ ਤੇ ਆਪਣੀ ਗੱਡੀ ਖਰਾਬ ਆ। ਉਹ ਮੈਂ ਮੁੰਡੇ ਨੂੰ ਫੋਨ ਕਰਿਆ ਸੀ, ਉਹ ਆਉਂਦਾਗਾ। ਕੋਈ ਨਹੀਂ ਜੀ, ਤੁਸੀਂ ਅੰਦਰ ਸਾਈਡ ਤੇ ਖੜਾ ਕਰ ਦਿਓ। ਆ ਲੈ ਚਾਬੀ ਫੜ, ਜੇ ਕੋਈ ਉੱਪਰ ਆਉਣ ਲੱਗਿਆ ਨਾ ਬਾਰ ਨਾ ਖੋਲੀ, ਪੁੱਛ ਕੇ ਖੋਲੀ ਜੇ ਕੋਈ ਆਇਆ ਵੀ। ਕਿਉਂ ਚਲਾ ਗਿਆ ਤੇਰਾ ਪਰਾਉਣਾ? ਆਹੋ ਚਲਾ ਗਿਆ, ਉਹ ਡਿਸਟਰਬ ਕਰਤਾ। ਹੋਰ ਯਾਰ ਮੇਰੇ ਤਾਂ ਇਹਨੇ ਸਾਈਂ ਚਾੜਤੇ ਸੀਗੇ। ਆ ਜਾਓ ਅੰਦਰ ਚੱਲੀਏ। ਯਾਰ ਮੇਰੀਆਂ ਤਾਂ ਲੱਤਾਂ ਕੰਬੀਆਂ ਦੀਆਂ ਨੇਗੀਆਂ। ਓਹੋ ਡਰਦੇ ਕਿਉਂ, ਹੁਣ ਨਹੀਂ ਆਉਂਦੇ ਹੋ, ਚਲੋ ਚੱਲੀਏ ਅੰਦਰ। ਚੱਲ ਪਰ ਦਲੇਰ ਬਣੋ ਮਾੜੇ ਮੋਟੇ, ਤੁਸੀਂ ਤਾਂ ਐਵੇਂ ਡਰਦੇ ਹੋ। ਉਹ ਯਾਰ ਡਰਦਾ ਕਾਹਨੂੰ ਹੈਗਾ, ਵੇਖ ਕੇ ਤਾਂ ਡਰ ਲੱਗਦਾ ਹੈਗਾ। ਡਰੋ ਨਾ ਤੁਸੀਂ, ਬਹੁਤ ਤੇਜ਼ ਦਿਮਾਗ ਆ ਮੇਰਾ। ਉਹ ਯਾਰ ਡਰਦਾ ਕਿੱਥੇ ਹੈਗਾ ਮੈਂ, ਬਸ ਐਵੇਂ ਚੇਪ ਜੀ ਆਉਂਦੀ ਹੈਗੀ। ਅੱਛਾ ਇਹ ਦੱਸੋ ਮੈਨੂੰ, ਤੁਸੀਂ ਕਿੰਨਾ ਕੁ ਪਿਆਰ ਕਰਦੇ ਹੋ ਮੈਨੂੰ? ਜਾਣ ਤੋਂ ਵੱਧ ਕੀ? ਸੱਚੀ? ਉਹ ਹਾਂ ਸੱਚੀ ਯਾਰ, ਤਾਂ ਹੀ ਤਾਂ ਤੇਰੇ ਨਾਲ ਮੈਂ ਫੋਟੋਆਂ ਖਿੱਚੀਆਂ ਸੀਗਾ। ਸੱਚੀ? ਤੁਹਾਨੂੰ ਦੇਖ ਕੇ ਤਾਂ ਨਾ ਮੇਰਾ ਦਿਲ ਜਿਹਾ ਨਹੀਂ ਭਰਦਾ। ਅੱਛਾ ਯਾਰ ਦੇਖਣ ਨਾਲ ਥੋੜ੍ਹਾ ਸਰਦਾ ਹੁੰਦਾ, ਥੋੜ੍ਹਾ ਨੇੜੇ ਤਾਂ ਜਾ। ਬੇਬੇ ਬੇਬੇ ਮੰਮੀ ਜੀ ਆ ਗਏ ਤੁਸੀਂ? ਹਾਂ ਪੁੱਤ।
ਚਾਹ ਬਣਾਵਾ? ਨਾ ਨਾ ਪੁੱਤ, ਚਾਹ ਤਾਂ ਨਹੀਂ ਪੀਣੀ, ਪਹਿਲੀ ਤੇਜ਼ਾਬ ਜਿਹਾ ਬਣੀ ਜਾਂਦਾ ਵੈਸਾ। ਕੀ ਕਹਿੰਦਾ ਡਾਕਟਰ? ਉਹ ਡਾਕਟਰ ਕਹਿੰਦਾ ਨਾ ਮੰਮੀ ਦਾ ਬਲੱਡ ਬਲੁੱਡ ਘੱਟ ਗਿਆ ਹੋਣਾ, ਤੇ ਆਹ ਦਵਾਈਆਂ ਦਿੱਤੀਆਂ ਨੇ, ਇੱਕ ਵਾਰੀ ਤਾਂ ਇਹਨਾਂ ਨੂੰ ਦਵਾਈ ਦੇ ਤੀ, ਹੁਣ ਇਹਨਾਂ ਨੂੰ ਨੀਂਦ ਆ ਰਹੀ ਹੈਗੀ। ਐਂ ਕਰ ਕੱਪੜਾ ਲਿਆ ਦੇ ਇਹਨਾਂ ਨੂੰ, ਇਹ ਹੁਣ ਪੈ ਜਾਣਗੇ। ਹਾਂਜੀ ਮੈਂ ਲਿਆ ਦਿੰਦੀ ਹਾਂ। ਨਾ ਪੁੱਤ, ਕੱਪੜੇ ਨੂੰ ਤੂੰ ਰਹਿਣ ਦੇ, ਠੰਡ ਵਾਲੀ ਹੋ ਰਹੀ ਹੈ, ਮੈਂ ਅੰਦਰ ਹੀ ਪੈ ਜਾਂਦੀ ਹਾਂ। ਚੱਲ ਠੀਕ ਆ ਬੇਬੇ, ਜਿਵੇਂ ਤੇਰਾ ਜੱਟ ਮੰਨਦਾ। ਕਰੋ ਤੁਸੀਂ ਗੱਲਾਂ। ਮੈਂ ਨਾ ਖੇਤ ਗੇੜਾ ਮਾਰਿਆ ਵਾਂ, ਤੂੰ ਕਰ ਲਾ ਘਰ ਦੇ ਕੰਮ, ਚੰਗਾ? ਹਾਂਜੀ ਤੁਸੀਂ ਜਾਇਓ। ਹਾਂ ਤੇ ਉਹਨਾਂ ਮੰਮੀ ਦਾ ਖਿਆਲ ਰੱਖ ਲਈ ਮੜਾ ਜਾ, ਦੇਖ ਲਈ। ਚਲੋ ਠੀਕ ਹੈ ਜੀ। ਸੱਚੀ ਮਰ ਜਾਣੀ ਬਾਹਲੀ ਸੋਹਣੀ ਹੈਗੀ। ਵੈਸੇ ਆਹ ਤਾਂ ਵਧੀਆ ਕੀਤਾ, ਮੈਂ ਇਹਦੀਆਂ ਫੋਟੋਆਂ ਖਿੱਚ ਲਈਆਂ, ਕਦੇ ਇਹੀ ਕੰਮ ਕੱਢ ਜਾਣਗੀਆਂ। ਵੈਸੇ ਭਾਬੀ ਹੋਵੇ ਨਾ ਇਹਦੇ ਵਰਗੀ, ਸੱਚੀ ਜੀ ਲਵਾ ਕੇ ਰੱਖਦਾ, ਦਿਲ ਕਰਦਾ ਨਾ ਬਸ ਇਹਦੀਆਂ ਤਸਵੀਰਾਂ ਦੇਖੀ ਜਾਵਾਂ। ਉਹ ਹੈਲੋ, ਸਤਿ ਸ਼੍ਰੀ ਅਕਾਲ ਭਾਬੀ ਜੀ। ਭਾਬੀ ਕਿਉਂ ਕਹਿੰਦਾ? ਉਹ ਛੇੜਦਾ ਸੀਗਾ ਮੈਂ ਤੈਨੂੰ। ਹੋਰ ਦੱਸ, ਇਹਨੂੰ ਸ਼ੱਕ ਤਾਂ ਨਹੀਂ ਹੋਇਆ ਹੈਗਾ ਬਣੇ ਦੇ? ਨਾ ਨਾ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਤੇਰਾ ਭਰਾ ਚਲਾ ਗਿਆ ਖੇਤ, ਤੇ ਤਾਈ ਤੇਰੀ ਅੰਦਰ ਪਈ ਹੈ। ਉਹ ਚੱਲ ਸ਼ੁਕਰ ਹੈ ਯਾਰ, ਮੈਨੂੰ ਤਾਂ ਨਾ ਤੇਰੀ ਉਹ ਯਾਦ ਆਈ ਜਾਂਦੀ ਸੀਗੀ, ਮੈਂ ਤਾਂ ਤੇਰੀਆਂ ਹੀ ਤਸਵੀਰਾਂ ਦੇਖੀ ਜਾਂਦਾ ਸੀਗਾ। ਝੂਠ ਯਾਰ, ਸੱਚੀ ਸੌਂ ਲੱਗੇ ਬਸ, ਤੈਨੂੰ ਹੀ ਦੇਖੀ ਜਾਂਦਾ ਸੀਗਾ ਮੈਂ, ਤੇ ਨਾਲ ਹੀ ਫੋਨ ਆ ਗਿਆ ਤੇਰਾ। ਮੈਨੂੰ ਤਾਂ ਦੇਖ ਕੇ ਗਿਆ ਹੁਣੇ, ਇੰਨੀ ਛੇਤੀ ਫੋਟੋਆਂ ਦੇਖਣ ਦੀ ਕੀ ਲੋੜ ਪੈ ਗਈ? ਯਾਰ ਤੇਰੀ ਨਾ ਮੈਨੂੰ ਕੋਈ ਇੱਕ ਨਿਸ਼ਾਨੀ ਚਾਹੀਦੀ ਹੈਗੀ। ਕੀ? ਉਹ ਯਾਰ ਤੈਨੂੰ ਪਤਾ ਹੈਗਾ ਅੱਜ ਮੇਰੇ ਫੋਨ ਦੀ ਸਕਰੀਨ ਟੁੱਟ ਗਈ, ਆ ਤੇਰੇ ਪਿਆਰ ਦੇ ਚੱਕਰ 'ਚ। ਕਦੋਂ? ਜਦੋਂ ਨਾ ਤਾਂ ਮੇਰਾ ਕਮਰੇ 'ਚ ਵੜਿਆ ਸੀਗਾ ਮੈਨੂੰ, ਉਦੋਂ ਦਾ ਨਾ ਹੁਣ ਤੱਕ ਡਰ ਹੀ ਲੱਗੀ ਜਾਂਦਾ ਹੈਗਾ। ਕਿਉਂ? ਉਹ ਯਾਰ ਥੋੜ੍ਹੇ ਦਿਨ ਪਹਿਲਾਂ ਹੀ ਪਵਾਈ ਸੀਗੀ ਸਕਰੀਨ। ਕਿਉਂ? ਜਦੋਂ ਮੈਨੂੰ ਗੁੱਸਾ ਆ ਜਾਏ ਨਾ ਮੈਂ ਤਾਂ ਬਸ ਫੋਨ ਛੱਡ ਦਿੰਦਾ ਹੁਣ, ਅਤੇ ਅੱਜ ਆ ਤੇਰੇ ਪਿਆਰ ਦੇ ਚੱਕਰ 'ਚ ਹੀ ਲੱਗ ਗਏ ਰੰਗ ਭਾਗ। ਹੁਣ ਫਿਰ? ਯਾਰ ਹੁਣ ਤਾਂ ਮੈਂ ਕਿਸੇ ਬਹਾਨੇ ਘਰਦਿਆਂ ਕੋਲ ਪੈਸੇ ਵੀ ਨਹੀਂ ਮੰਗ ਸਕਦਾ ਹੈਗਾ, ਕਿਉਂਕਿ ਹੁਣ ਕਿਹੜਾ ਮੈਂ ਚੰਡੀਗੜ੍ਹ ਜਾਂਦਾ ਗਾ, ਤਾਂ ਹੀ ਤਾਂ ਤੈਨੂੰ ਕਹਿਣਾ ਯਾਰ ਕਰ ਦੇ ਕੋਈ ਹੱਲ ਨਾ, ਜਦੋਂ ਮੇਰੇ ਕੋਲ ਪੈਸੇ ਆ ਗਏ ਨਾ ਜਿੰਨੇ ਮਰਜ਼ੀ ਲੈ ਲਈ ਤੂੰ ਮੇਰੇ ਤੋਂ। ਮੇਰੇ ਕੋਲ ਕਿੱਥੇ ਨੇ ਪੈਸੇ? ਉਹ ਯਾਰ ਜੇ ਤੇਰੇ ਕੋਲ ਪੈਸੇ ਨੇਗੇ ਨਾ, ਤੂੰ ਕੋਈ ਮੈਨੂੰ ਆਪਦੇ ਕੋਲ ਕੀਮਤੀ ਚੀਜ਼ ਦੇ ਦੇ, ਇੱਕ ਵਾਰੀ ਡੰਗ ਤਾਂ ਟਪਾ ਦੇ। ਕਿਹੜੀ ਚੀਜ਼? ਮੇਰੇ ਕੋਲ ਤਾਂ ਕੋਈ ਕੀਮਤੀ ਚੀਜ਼ ਵੀ ਨਹੀਂ ਹੈਗੀ। ਯਾਰ ਤੇਰੇ ਕੰਨਾਂ ਵਿੱਚ ਟੌਕਸ ਨਹੀਂ ਪਾਏ ਹੋਏ, ਉਹੀ ਦੇ ਦੇ ਤੂੰ ਮੈਨੂੰ। ਕਿਉਂ ਫਸਾਉਣ 'ਤੇ ਤੁਲਿਆ ਹੋਇਆ ਮੈਨੂੰ? ਜੇ ਕੰਨਾਂ ਦੇ ਕਾਂਟੇ ਤੈਨੂੰ ਲਾ ਕੇ ਦੇ ਤੇ ਮੈਂ ਫਸ ਨਹੀਂ ਜਾਊਂਗੀ। ਯਾਰ ਤੂੰ ਐਂ ਇੱਕ ਨਾਲ ਥੋੜ੍ਹੀ ਫਸੇਂਗੀ, ਤੂੰ ਇੱਕ ਦੇ ਦੇ ਮੈਨੂੰ, ਤੂੰ ਘਰੇ ਕਹਿ ਦੇ ਵੀ ਡਿੱਗ ਗਿਆ, ਅਤੇ ਥੋੜ੍ਹੇ ਟਾਈਮ ਤੱਕ ਤੂੰ ਮੈਨੂੰ ਦੂਜਾ ਦੇ ਦੇ, ਅਤੇ ਮੈਂ ਤੈਨੂੰ ਉਹਦੇ ਨਾਲ ਦਾ ਬਣਾ ਕੇ ਦੇ ਦੂੰਗਾ। ਕੋਈ ਨਹੀਂ ਦੇ ਦੂੰਗੀ, ਕੰਨਾਂ ਦੀ ਵਾਲੀ ਤੇਰੇ ਤੋਂ ਪਿਆਰੀ ਤਾਂ ਨਹੀਂ। ਅਤੇ ਫਿਰ ਕਦੋਂ ਦਵੇਂਗੀ? ਮੈਂ ਕੱਲ੍ਹ ਨੂੰ ਘਰ ਦੇ ਬਾਹਰ ਝਾੜੂ ਲਾਊਂਗੀ, ਅਤੇ ਮੈਂ ਤੈਨੂੰ ਫੋਨ ਕਰ ਦੂੰਗੀ, ਤੂੰ ਆ ਜਾਈ ਬਸ। ਚੱਲ ਚੰਗਾ। ਚੰਗਾ। ਝਾੜੂ ਮੈਨੂੰ ਤੂੰ
ਠੀਕ ਹੈ ਮੰਮੀ ਜੀ, ਤੁਸੀਂ ਲਾ ਲਓ ਝਾੜੂ, ਇੰਨੇ ਮੈਂ ਹੋਰ ਕੋਈ ਕੰਮ ਕਰ ਲੈਂਦੀ ਹਾਂ। ਪੁੱਤ ਐਂ ਤਾਂ ਮੈਂ ਤੈਨੂੰ ਕਹੀ ਜਾਂਦੀ ਸੀ, ਪਰ ਤੂੰ ਸੁਣਦੀ ਕਿੱਥੇ ਹੈ, ਜਾ ਕਰ ਲੈ ਕੰਮ ਅੰਦਰ। ਹਾਂ ਯਾਰ, ਕੀ ਹੈ ਹੁਣ ਦੱਸ। ਯਾਰ ਗੁੱਸੇ ਚ ਕਾਹਤੋਂ ਤੁਸੀਂ, ਪਹਿਲਾਂ ਪੂਰੀ ਗੱਲ ਤਾਂ ਸੁਣ ਲਓ। ਉਹ ਕੀ ਗੱਲ ਹੈ, ਨਾਲੇ ਤਾਂ ਮੂੰਹੋਂ ਚੰਗੀ ਬਣਦੀ ਆ ਤੂੰ, ਨਾਲੇ ਦਿਮਾਗ ਤੋਂ ਚਲਾਕ ਬਣਦੀ ਆ, ਕਿੱਡੀ ਹੁਸ਼ਿਆਰੀ ਵਰਤੀ ਆ ਤੂੰ। ਮੈਂ ਕੋਈ ਹੁਸ਼ਿਆਰੀ ਨਹੀਂ ਵਰਤੀ, ਸੌਣ ਲੱਗੇ ਮੈਨੂੰ ਤੁਹਾਡੀ। ਤਾਂ ਹੀ ਦੱਸ ਫਿਰ ਬਾਹਰੇ ਕੀ ਕਰਦੀ ਸੀਗੀ। ਮੈਂ ਤਾਂ ਝਾੜੂ ਚੁੱਕ ਕੇ ਆਈ ਸੀਗੀ ਬਾਹਰ ਬਹਾਨੇ ਨਾਲ, ਮੈਨੂੰ ਕੀ ਪਤਾ ਸੀਗਾ ਵੀ ਪਿੱਛੇ ਮੰਮੀ ਆ ਜੂਗੀ ਬੱਠਲ ਲੈ ਕੇ। ਉਹ ਤੂੰ ਕਹਿ ਵੀ ਤਾਂ ਸਕਦੀ ਸੀ ਫਿਰ ਜਾਣ ਨੂੰ। ਮੈਂ ਤਾਂ ਕਿਹਾ ਬਹੁਤ ਸੀ, ਮੇਰੀ ਮਨ ਦਾ ਕੌਣ ਹੈ, ਮੈਨੂੰ ਕਹਿੰਦੀ ਤੂੰ ਨਵੀਂ ਵਿਆਹੀ ਹੈ, ਇੱਥੇ ਬਾਹਰ ਚੰਗਾ ਜਿਹਾ ਨਹੀਂ ਲੱਗਦਾ, ਨਾਲੇ ਗੱਲ ਸੁਣੋ, ਹਲੇ ਮੈਂ ਅੰਦਰ ਆ, ਤੁਸੀਂ ਆਇਓ ਨਾ ਬਾਹਰ। ਉਹ ਯਾਰ ਮੈਂ ਨਹੀਂ ਆਉਂਦਾ ਹੈਗਾ, ਮੈਂ ਦੱਸ ਕੀ ਕਰੂੰਗਾ ਹੁਣ, ਤੂੰ ਨਾਲੇ ਮੈਨੂੰ ਇਹ ਦੱਸ ਹੁਣ ਟੌਪਸ ਕਦੋਂ ਫੜਾਏਂਗੀ। ਬਸ ਜਿਵੇਂ ਹੀ ਟਾਈਮ ਲੱਗੂ ਜੀ। ਮੈਂ ਆ, ਅੰਦਰੋਂ ਗੇਟ ਕਿਉਂ ਲਾਇਆ? ਖੋਲਦੀ ਆ। ਤੇਰਾ ਨਾ ਭਾਈ ਆ ਗਿਆ, ਮੈਂ ਤੈਨੂੰ ਬਾਅਦ ਚ ਕਰਦੀ ਆ। ਚੱਲ ਨੰਬਰ ਤਾਂ ਡਿਲੀਟ ਹੋ ਗਿਆ। ਆ ਕਿਹਦੇ ਨਾਲ ਕਰਦੀ ਸੀ ਫੋਨ ਤੇ ਗੱਲਾਂ? ਗੱਲਾਂ ਮੈਂ ਤਾਂ ਕਿਸ ਨਾਲ ਨਹੀਂ ਕਰਦੀ ਸੀ ਫੋਨ ਤੇ ਗੱਲਾਂ, ਤੁਹਾਨੂੰ ਕਿੰਨੇ ਆਖਤਾ? ਗੱਲਾਂ ਕਰਦੀ ਦੀ ਆਵਾਜ਼ਾਂ ਤਾਂ ਆਈ ਜਾਂਦੀਆਂ ਸੀ ਅੰਦਰੋਂ। ਉਹ ਨਹੀਂ ਜੀ, ਮੈਂ ਤਾਂ ਵੀਡੀਓ ਦੇਖਦੀ ਸੀ ਫੇਸਬੁੱਕ ਤੇ, ਮੈਂ ਤਾਂ ਕਿਸੇ ਨਾਲ ਨਹੀਂ ਗੱਲਾਂ ਕਰਦੀ ਸੀ। ਲੈ ਦਿਖਾ ਕਿਹੜੀਆਂ ਰੀਲਾਂ ਦੇਖਦੀ ਸੀ ਕੱਲੀ ਕੱਲੀ। ਉਹੀ ਜੋ ਤੁਹਾਡੇ ਫੋਨ 'ਚ ਚੱਲਦੀ ਹੈ। ਉਹ ਮੈਂ ਖੇਤ ਜਾਣਾ ਯਾਰ, ਜੇ ਤੂੰ ਮੈਨੂੰ ਰੋਟੀ ਪਾ ਦੇ ਤਾਂ ਫਿਰ ਮੈਂ ਖੇਤ ਜਾਵਾਂ। ਹਾਂਜੀ ਮੈਂ ਹੁਣੇ ਲਿਆਈ ਤੁਹਾਡੇ ਲਈ ਰੋਟੀ ਪਾ ਕੇ। ਹਾਂ ਲਿਆ, ਨਾਲੇ ਤੂੰ ਐਂ ਕਰ ਆਪਦਾ ਫੋਨ ਦੇ ਦੇ, ਜਿੰਨਾ ਚਿਰ ਤੂੰ ਰੋਟੀ ਲਿਆਵੇਂਗੀ ਮੈਂ ਇੰਨੇ ਵੀਡੀਓਸ ਦੇਖ ਲੈਣਾ। ਚੰਗਾ, ਤੁਹਾਡੇ ਕੋਲ ਵੀ ਤਾਂ ਹੈਗਾ ਤੁਹਾਡਾ ਫੋਨ। ਉਹ ਮੇਰੇ ਵਾਲੇ ਦਾ ਨੈੱਟ ਪੈ ਖਤਮ ਹੋ ਗਿਆ। ਆ ਲਿਓ ਜੀ। ਹਾਂ ਜਾ ਹੁਣ ਪਾ ਲਿਆ। ਚੱਲ ਮੈਂ ਤਾਂ ਫੋਨ ਚੈੱਕ ਕਰਦਾ ਹਾਂ। ਕਿਤੇ ਹੋਰ ਹੀ ਨਾ ਕੋਈ ਨਵਾਂ ਸੱਪ ਕੱਢ ਦੇਵੇ, ਛੇਤੀ ਛੇਤੀ ਫਾਹਾ ਵੜਦੀ ਇਹਦਾ। ਆਲੋ ਜੀ ਰੋਟੀ ਲਿਆਓ ਜੀ। ਰੋਟੀ ਅੱਜ ਡੋਲੂ ਜੀ ਕਿਵੇਂ ਰੋਟੀ ਫੜਾਤੀ ਤੈ? ਓਹੋ ਟਿਫਨ ਤਾਂ ਤੁਸੀਂ ਖੇਤ ਹੀ ਭੁੱਲ ਗਏ, ਨਾਲੇ ਲੈ ਜਾਓ ਰੋਟੀ ਤੇ ਨਾਲੇ ਟਿਫਨ ਚੱਕ ਲਿਆਇਓ। ਚਲੋ ਹੁਣ ਐਂ ਕਰੋ, ਛੋਟੀ ਬੋਤਲਾਂ ਜਿਹੜੀ ਚਾਹ ਲਈ ਉਹ ਭਰ ਦਿਓ, ਮੈਂ ਖੇਤੇ ਜਾ ਕੇ ਪੀ ਲੂੰਗਾ ਚਾਹ। ਹਾਂਜੀ ਮੈਂ ਭਰਦੀ ਹਾਂ। ਚਲੋ ਠੀਕ ਹੈ। ਚਲੋ ਲੈ ਵੀ ਗੁਰੀ ਸਿਆ,
ਇਦੋਂ ਪਹਿਲਾਂ ਉਹ ਆਵੇ ਤੂੰ ਤੱਤਰ ਹੋ ਜਾ। ਪੁੱਤ ਖੇਤ ਚੱਲਿਆ? ਹਾਂ ਬੇਬੇ ਖੇਤ ਜਾਣਾ। ਰੋਟੀ ਖਾ ਗਿਆ ਹੈ? ਬਾਹਰ ਨਾਲ ਲੈ ਗਿਆ ਮੈਂ ਰੋਟੀ। ਤੇ ਮੀਤ ਕੀ ਕਰਦੀ ਹੈ? ਮੀਤ ਅੰਦਰ ਹੀ ਆ। ਚੰਗਾ ਚੰਗਾ। ਮੇਰਾ ਫੋਨ ਕਿੱਥੇ ਗਿਆ? ਹੁਣ ਤਾਂ ਉਰੇ ਬੈਠੇ ਚਲਾਈ ਜਾਂਦੇ ਸੀਗੇ। ਮੈਂ ਤਾਂ ਗੱਲ ਵੀ ਕਰਨੀ ਸੀ ਬੰਟੀ ਨਾਲ। ਕੀ ਹੋ ਗਿਆ ਪੁੱਤ, ਕੀ ਲੱਭਦੀ ਹੈ? ਉਹ ਮੰਮੀ ਮੈਂ ਫੋਨ ਲੱਭਦੀ ਸੀਗੀ, ਹੁਣੇ ਤਾਂ ਉਰੇ ਬੈਠੇ ਚਲਾਈ ਜਾਂਦੇ ਸੀਗੇ, ਹੁਣ ਪਤਾ ਨਹੀਂ ਕਿੱਥੇ ਗਿਆ। ਉਹ ਤਾਂ ਭਾਈ ਮੁੰਡੇ ਕੋਲ ਸੀ, ਮੈਂ ਆਪ ਦੇਖੇਗਾ। ਅੱਛਾ ਮੰਮੀ। ਹਾਂ ਪੁੱਤ, ਹੁਣ ਤਾਂ ਉਹ ਫੋਨ ਤੇਰੇ ਘਰ ਵਾਲੇ ਕੋਲ ਵੱਗ ਗਿਆ, ਉਹ ਚਲਾਈ ਜਾਂਦਾ ਸੀ, ਕੁਛ ਦੇਖੀ ਜਾਂਦਾ ਸੀਗਾ। ਮੰਮੀ ਇਹਨਾਂ ਕੋਲ ਫੋਨ ਹੈਗਾ ਤਾਂ ਹੈ ਆਪਦਾ, ਮੇਰਾ ਫੋਨ ਚੱਕ ਕੇ ਲੈ ਕੇ ਜਾਣ ਦੀ ਕੀ ਲੋੜ ਸੀਗੀ? ਮੈਂ ਤਾਂ ਘਰੇ ਗੱਲ ਵੀ ਕਰਨੀ ਸੀਗੀ। ਉਹ ਪੁੱਤ ਕੋਈ ਗੱਲ ਨਹੀਂ, ਜਦੋਂ ਮੁੰਡਾ ਖੇਤੋਂ ਆ ਗਿਆ ਉਦੋਂ ਲੈ ਲਈ ਫੋਨ, ਤੂੰ ਕਰ ਲਈ ਗੱਲ। ਠੀਕ ਹੈ ਮੰਮੀ ਜੀ। ਉਹ ਪੁੱਤ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਗੁਰੂ ਘਰ ਬਾਬੇ ਨੇ ਅਲੋਸਮੈਂਟ ਕੀਤੀ ਸੀ ਬਈ ਇੱਕ ਅੱਧੇ ਘੰਟੇ ਤਾਈਂ ਲਾਈਟ ਦਾ ਕੱਟ ਵੱਜੂਗਾ, ਆਹ ਕੱਪੜੇ ਜੇ ਮੈਂ ਇਕੱਠੇ ਕਰ ਲਏ ਇਹਨਾਂ ਨੂੰ ਧੋ ਦਿੰਦੀ ਮਸ਼ੀਨ 'ਚ। ਉਹ ਮੰਮੀ ਕੱਪੜੇ ਮੈਂ ਕੱਲ੍ਹ ਧੋ ਲਾਂਗੀ, ਨਾਲੇ ਜੇ ਲਾਈਟ ਚੱਲ ਗਈ ਔਖਾ ਹੋ ਜੂਗਾ, ਮੇਰੇ ਢਿੱਡ 'ਚ ਦਰਦ ਹੋਈ ਜਾਂਦਾ। ਕੀ ਦਰਦ ਹੁੰਦਾ ਪੁੱਤ? ਓਹ ਜਦੋਂ ਮੁੰਡਾ ਆਇਆ ਸੀ ਤੂੰ ਉਹਨੂੰ ਦੱਸ ਦਿੰਦੀ, ਉਹ ਤੈਨੂੰ ਡਾਕਟਰ ਕੋਲ ਦਵਾਈ ਦਵੂਈ ਦਵਾ ਲੈਂਦਾ। ਉਹ ਮੰਮੀ ਉਦੋਂ ਨਹੀਂ, ਹੁਣੇ ਹੋਣ ਲੱਗਿਆ। ਚੱਲ ਕੋਈ ਨਾ ਪੁੱਤ, ਤੂੰ ਆਰਾਮ ਕਰ ਲੈ, ਮੈਂ ਧੋ ਦੂੰਗੀ ਕੱਪੜੇ, ਫਿਰ ਲਾਈਟ ਵਾਗੀ ਤਾਂ ਔਖਾ ਹੋ ਜੂਗਾ, ਕਰ ਲੈ ਆਰਾਮ। ਠੀਕ ਹੈ ਮੰਮੀ। ਪਹਿਲਾਂ ਇਹਦਾ ਮੁੰਡਾ ਲੈ ਗਿਆ ਬਿਨਾਂ ਮਤਲਬ ਤੋਂ ਮੇਰਾ ਫੋਨ ਚੱਕ ਕੇ, ਹੁਣ ਇਹ ਆ ਗਈ ਬੁੜੀ ਜੀ ਵੀ ਲੈ ਧੋ ਲਾ ਕੱਪੜੇ। ਕੋਈ ਨਾ, ਦੇਨੀ ਹੈ ਇਹਨਾਂ ਨੂੰ ਮੈਂ ਵਿਆਹ ਦੀ ਬੜੀ ਡਰੈਕਿੰਗ ਕਰਕੇ। ਮੇਰੇ ਤਾਂ ਸਾਹ ਚੜੇ ਪਏ ਨੇ, ਲੱਤਾਂ ਕੰਬੀ ਜਾਂਦੀਆਂ ਨੇ, ਕਿਤੇ ਉਹ ਮੇਰੇ ਫੋਨ 'ਤੇ ਫੋਨ ਹੀ ਨਾ ਕਰ ਲਵੇ, ਚੰਗੀ ਗੁੱਤ ਪੱਟੀ ਜਾਣੀ ਹੈ ਮੇਰੀ ਤਾਂ। ਨਾ ਮੈਂ ਘਰ ਦੀ ਰਹਿਣਾ ਅਤੇ ਨਾ ਮੈਂ ਘਾਟ ਦੀ। ਹੁਣ ਮੈਂ ਤਾਂ ਟੋਪਸ ਕਿੱਥੋਂ ਫੜ ਕੇ ਲਿਆਵਾਂ? ਮੈਂ ਐਂ ਕਰਦਾਂਗਾ, ਇੱਕ ਮਠਿਆਈ ਦਾ ਡੱਬਾ ਲੈ ਜਾਂਦਾ ਇਹਨਾਂ ਦੇ ਘਰ, ਤਾਈ ਨੂੰ ਆਖ ਦੂੰਗਾ ਵੀ ਪੁਰਾਣੇ ਪੇਪਰ ਦਾ ਰਿਜ਼ਲਟ ਆਇਆ ਹੈਗਾ, ਨੰਬਰ ਚੰਗੇ ਆਏ ਨੇ, ਤਾਂ ਹੀ ਡੱਬਾ ਲੈ ਕੇ ਆਇਆ। ਹਾਂ ਪਰ ਪਹਿਲਾਂ ਮੈਂ ਇਹਨੂੰ ਸੁਨੇਹਾ ਲਾ ਦਿੰਦਾ ਕਿ ਮੈਂ ਆਉਣਾਗਾ। ਸਪਰੇਅ ਜੀ ਕਰੀ ਤਾਂ ਜਾਂਦਾ, ਮੈਂ ਇਹਨੂੰ ਇੱਧਰ ਵੀ ਕਰਦੀ ਜਾਣਾ। ਇਹ ਤਾਂ ਛੱਡ ਯਾਰ, ਪਹਿਲਾਂ ਫੋਨ ਜੇ ਤਾਂ ਇਹਦਾ ਕਰਾਂ ਦਿੰਦਾ ਮੈਂ, ਜੇ ਤਾਂ ਇਹ ਕਿਸੇ ਨਾਲ ਗੱਲਾਂ ਕਰਦੀ ਹੋਈ ਤਾਂ ਇਹ ਫੋਨ ਆਊਗਾ ਜ਼ਰੂਰ, ਕਿਉਂਕਿ ਜਿੱਥੇ ਤੱਕ ਯਾਰ ਮੈਨੂੰ ਲੱਗਦਾ ਗਾ ਇਹ ਕੋਈ ਵੀਡੀਓ ਦੀ ਆਵਾਜ਼ ਤਾਂ ਹੈ ਨਹੀਂ ਸੀ, ਇਹ ਤਾਂ ਯਾਰ ਕਿਸੇ ਨਾਲ ਗੱਲਾਂ ਕਰਦੀ ਲੱਗਦੀ ਆ ਮੈਨੂੰ। ਪਰ ਜਦੋਂ ਮੈਂ ਇਹਦਾ ਯਾਰ ਫੋਨ ਚੈੱਕ ਕੀਤਾ ਸੀ ਉਹ ਤਾਂ ਯਾਰ ਨੰਬਰ ਵੀ ਨਹੀਂ ਹੈਗਾ ਸੀ ਕੋਈ, ਪਰ ਇਹ ਨੰਬਰ ਡਿਲੀਟ ਵੀ ਕਰ ਸਕਦੀ ਆ ਕਿਉਂਕਿ ਅੱਜ ਕੱਲ੍ਹ ਇਹਦਾ ਧਿਆਨ ਮੇਰੇ ਵਿੱਚ ਤਾਂ ਘੱਟ ਹੀ ਹੁੰਦਾ ਗਾ। ਚੱਲ ਕੋਈ ਨਹੀਂ, ਪਤਾ ਲੱਗ ਜੂ ਕੀ ਗੱਲ ਆ ਕੀ ਨਾ। ਉਹ ਐਂ ਕਰੀ ਇੱਧਰ ਵੀ ਕਰਦੀ ਮਾੜਾ ਜਿਹਾ। ਕਿਹਦਾ ਆ ਗਿਆ ਹੁਣ ਫੋਨ? ਆਹ ਦਿਓਰ।